ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਮਨਜੋਤ ਸਿੰਘ ਧਨੋਆ। ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਮਨਜੋਤ ਸਿੰਘ ਧਨੋਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਰੇਡੀਓ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਸੱਚ ਦੀ ਆਵਾਜ਼। ਦੋਸਤੋ, ਮੇਰੇ ਨਾਲ ਮੇਰਾ ਸਾਥ ਦੇਣਗੇ ਸਟੂਡੀਓ ਦੇ ਵਿੱਚ ਗੁਰਜੀਤ ਸਿੰਘ ਬਾਠ। ਸਤਿ ਸ਼੍ਰੀ ਅਕਾਲ ਮਨਜੋਤ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਸੱਚ ਦੀ ਆਵਾਜ਼ ਦੇ ਵਿੱਚ। ਬਿਲਕੁਲ ਦੋਸਤੋ, ਪ੍ਰੋਗਰਾਮ ਸੱਚ ਦੀ ਆਵਾਜ਼ ਅਸੀਂ ਤੁਹਾਡੇ ਲਈ ਹਰੇਕ ਸ਼ੁੱਕਰਵਾਰ ਇਸੇ ਤਰ੍ਹਾਂ ਹੀ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਆ, ਐਕਚੁਅਲ ਦੇ ਵਿੱਚ ਬਾਠ ਸਾਹਿਬ, ਸਾਡਾ ਟੌਪਿਕ ਕੋਈ ਹੋਰ ਸੀਗਾ ਜੀ। ਅਸੀਂ ਕੈਨੇਡੀਅਨ ਮੁੱਦੇ ਦੇ ਉੱਤੇ ਬੋਲਣਾ ਸੀਗਾ, ਪਰ ਸਾਨੂੰ ਅਰਚਨਚੇਤ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਅੱਜ ਪੰਜਾਬ ਦੇ ਮਾਹੌਲ ਦੇ ਬਾਰੇ ਬੋਲਣਾ, ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਸੋਸ਼ਲ ਮੀਡੀਆ ਖੋਲ੍ਹਦੇ ਹਾਂ, ਜਦੋਂ ਅਸੀਂ ਕੋਈ ਵੀ ਆਪਣਾ ਪਲੈਟਫਾਰਮ ਖੋਲ੍ਹਦੇ ਹਾਂ, ਸਾਰੇ ਪਾਸੇ ਪੰਜਾਬ ਦੇ ਮੁੱਦਿਆਂ ਦੀਆਂ ਗੱਲਾਂ ਬਾਤਾਂ, ਸਾਰੇ ਪਾਸੇ ਪੰਜਾਬ ਦੇ ਮਾਹੌਲ ਦੀਆਂ ਗੱਲਾਂ ਬਾਤਾਂ, ਸਾਰੇ ਪਾਸੇ ਇਹੀ ਗੱਲਾਂ ਬਾਤਾਂ ਹੋ ਰਹੀਆਂ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ। ਬਿਲਕੁਲ ਮਨਜੋਤ ਜੀ, ਅਤੇ ਇਸੇ ਦੇ ਨਾਲ ਹੀ ਅਸੀਂ ਤੁਹਾਡੇ ਲਈ ਸੱਚ ਦੀ ਆਵਾਜ਼ ਦੇ ਵਿੱਚ ਲੈ ਕੇ ਹਾਜ਼ਰ ਹਾਂ, ਪ੍ਰੋਗਰਾਮ ਸੱਚ ਦੀ ਆਵਾਜ਼ ਹਮਦਰਦ ਟੀਵੀ ਦੇ ਉੱਤੇ। ਦੋਸਤੋ, ਆਪਾਂ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਪਿਛਲੇ ਦਿਨੀਂ ਤੁਸੀਂ ਬਾਠ ਸਾਹਿਬ ਸੁਣਿਆ ਹੋਊਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਹਨਾਂ ਨੇ ਗ੍ਰਿਫਤਾਰੀ ਕਹਿੰਦੇ ਕਿ ਨਹੀਂ ਕੀਤੀ ਆਪਾਂ, ਬਿਲਕੁਲ, ਅਤੇ ਪੰਜਾਬ ਦੇ ਵਿੱਚ ਇੱਕਦਮ ਹੀ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਜੀ, ਜਿਹੜਾ ਕਿ ਦਿਖਾਇਆ ਜਾ ਰਿਹਾ ਜੀ। ਮਨਜੋਤ ਜੀ, ਇੱਕ ਬੜਾ ਪੈਨਿਕ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਵਾ ਜੀ ਸਟੇਟ ਦੇ ਵੱਲੋਂ, ਜੋ ਕਿ ਆਪਾਂ ਬੀਤੇ ਸਮੇਂ ਦੇ ਵਿੱਚ ਸੁਣਿਆ ਜਾਂ ਪੜ੍ਹਿਆ ਜਾਂ ਸਾਡੇ ਕਈ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੇ ਵੇਖਿਆ ਵੀ 1980s ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਇਆ ਜੀ, ਉਸ ਸਾਰਾ ਹੀ ਡਰ ਲੱਗਦਾ ਜੀ ਉਹ ਚੀਜ਼ ਸੋਚ ਕੇ ਵੀ ਉਹ ਮਾਹੌਲ ਦੁਬਾਰਾ ਸਿਰਜਿਆ ਜਾ ਰਿਹਾ ਜੀ। ਇਹਦੇ ਨਾਲ ਆਪਾਂ ਕੁਝ ਕੁ ਤਰੀਕਾਂ ਨੇ ਮਨਜੋਤ ਜੀ ਜੋ ਕਿ ਬਹੁਤ ਹੀ ਇੰਪੋਰਟੈਂਟ ਨੇ, ਆਪਾਂ ਕਿਸੇ ਡਿਸੀਜਨ ਤੇ ਜਾਂ ਕਿਸੇ ਪਹਿਲੂ ਤੇ ਪਹੁੰਚੀਏ ਉਸ ਤੋਂ ਪਹਿਲਾਂ ਉਹਨਾਂ ਤੇ ਨਿਗਾਹ ਮਾਰਨੀ ਬਹੁਤ ਜ਼ਰੂਰੀ ਆ ਜੀ। ਆਪਾਂ ਗੱਲ ਸ਼ੁਰੂ ਕਰਦੇ ਹਾਂ ਜਿਹੜੀ ਪੰਜਾਬ ਦੇ ਵਿੱਚ 15 ਤੋਂ 17 ਮਾਰਚ ਦੇ ਵਿੱਚ 2 ਦਿਨ ਜਿਹੜੀ ਮੀਟਿੰਗ ਚੱਲੀ G20 ਦੀ, ਉਸ ਬਾਰੇ ਤੁਹਾਡਾ ਕੀ ਵਿਚਾਰ ਆ ਜੀ? ਬਿਲਕੁਲ ਜੀ, G20 ਦੀ ਮੀਟਿੰਗ ਦੇ ਵਿੱਚ ਬਹੁਤ ਹੀ ਇੱਕ ਵੱਡਾ ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਨਿੱਜੀ ਜਿਹੜੇ ਮਸਲੇ ਸੀਗੇ ਉਹ G20 ਦੇ ਵਿੱਚ, ਜਿੱਦਾਂ ਇੰਪਲੋਇਮੈਂਟ ਸਭ ਤੋਂ ਵੱਡਾ ਇਸ਼ੂ ਆ, ਉਹਦੇ ਵਿੱਚ ਇੰਪਲੋਇਮੈਂਟ ਬਲੈਂਡ ਲਰਨਿੰਗ ਦੀ ਗੱਲਬਾਤ ਕੀਤੀ ਜਾਣੀ ਸੀਗੀ, ਉਹਦੇ ਵਿੱਚ ਫਿਊਚਰ ਵਰਕ ਆਪਰਚੁਨਿਟੀਜ਼ ਦੀ ਗੱਲਬਾਤ ਕੀਤੀ ਜਾਣੀ ਸੀਗੀ। ਜਿਹੜੀ G20 ਦੀ ਮੀਟਿੰਗ ਬਹੁਤ ਹੀ ਅਹਿਮ ਸੀਗੀ ਪੰਜਾਬ ਦੇ ਲਈ, ਆਪਣੇ ਅੰਮ੍ਰਿਤਸਰ ਦੇ ਵਿੱਚ ਮੈਂ ਸਰੋਤਿਆਂ ਨੂੰ ਦੱਸਦਾ ਇਹ ਮੀਟਿੰਗ ਹੋਈ ਆ, ਅਤੇ ਉਹ ਤੋਂ ਬਾਅਦ ਰਾਈਟ ਵੀ ਜਿੱਦਾਂ 15 ਤੋਂ 17 ਤਰੀਕ ਮੀਟਿੰਗ ਹੈ, ਅਤੇ 18 ਤਰੀਕ ਨੂੰ ਪੰਜਾਬ ਦੇ ਵਿੱਚ ਇਹ ਸਿਕਿਉਰਿਟੀ ਦਾ ਖਤਰਾ ਦਿੱਤਾ ਗਿਆ, ਕਹਿੰਦੇ ਵੀ ਸਾਡੇ ਪੰਜਾਬ ਦੀ ਪੂਰੀ ਸਿਕਿਉਰਿਟੀ ਨੂੰ ਖਤਰਾ ਹੈ ਕਿ ਜਿਹੜੀਆਂ 20 ਕੰਟਰੀਆਂ G20 ਦੇ ਵਿੱਚ ਜਿੰਨੀਆਂ ਵੀ ਕੰਟਰੀਆਂ ਇਹ ਆਈਆਂ ਕਿ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨਗੀਆਂ, ਕਿ ਉਹ ਪੰਜਾਬ ਦੇ ਵਿੱਚ ਬਾਅਦ ਵਿੱਚ ਕੰਮ ਕਰਨ ਲਈ ਰਾਜ਼ੀ ਹੋਣਗੀਆਂ ਜੇ ਉਹਨਾਂ ਨੂੰ ਇੱਦਾਂ ਡਰਾਇਆ ਜਾਊਗਾ। ਬਿਲਕੁਲ ਜੀ, ਜਿਹੜੇ ਨੁਮਾਇੰਦੇ ਪੰਜਾਬ ਦੇ ਵਿੱਚ ਉਹਨਾਂ 20 ਦੇਸ਼ਾਂ ਤੋਂ ਆਏ ਹੋਏ ਸਨ, ਉਹਨਾਂ ਨੇ ਪੰਜਾਬ ਦੇ ਵਿੱਚ ਰੁਜ਼ਗਾਰ ਵਧਾਉਣਾ ਸੀ, ਮੇਨ ਉਹਨਾਂ ਨੇ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਸੀਗਾ ਵੀ ਐਜੂਕੇਸ਼ਨ ਸਾਡੀ ਜਿਹੜੀ ਬਲੈਂਡਿਡ ਲਰਨਿੰਗ ਆ, ਜਿਹੜਾ ਸਾਡਾ ਇੱਕ ਬਹੁਤ ਹੀ ਜਿਹੜਾ ਸਭ ਤੋਂ ਮੈਨੂੰ ਲੱਗਦਾ ਵੀ ਜਿਹੜੀ ਮੁੱਢਲੀ ਸਿੱਖਿਆ ਸਭ ਤੋਂ ਜ਼ਰੂਰੀ ਉਹੀ ਆ, ਉੱਤੇ ਫੋਕਸ ਕੀਤਾ ਜਾਣਾ ਸੀਗਾ, ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਤੋਂ ਭਟਕਾਇਆ ਗਿਆ। 15 ਤੋਂ 17 ਮਾਰਚ ਤੱਕ ਮੀਟਿੰਗ ਚੱਲੀ, ਉਸ ਤੋਂ ਬਾਅਦ ਜਿਹੜੀ ਭਾਈ ਅੰਮ੍ਰਿਤਪਾਲ ਜੀ ਨੂੰ 18 ਮਾਰਚ ਨੂੰ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਇੱਕਦਮ ਹੀ ਮਾਹੌਲ ਖਰਾਬ ਕੀਤਾ ਗਿਆ। ਬਿਲਕੁਲ ਜੀ, ਬਿਲਕੁਲ ਵੀ ਉਹ ਸਾਡੇ ਹੱਥ ਨਹੀਂ ਆਏ, ਮੀਟਿੰਗ ਡਿਸਟਰਬ ਹੋ ਗਈ। ਬਿਲਕੁਲ ਜੀ, ਇਨਵੈਸਟਮੈਂਟ ਡਿਸਟਰਬ ਹੋ ਗਈ। ਬਿਲਕੁਲ, ਜਿਹੜਾ ਪਲੈਨਡ ਸੀਗਾ G20 ਦਾ ਉਹਦੇ ਵਿੱਚ ਡਿਸਟਰਬੈਂਸ ਹੋ ਗਈ। ਬਿਲਕੁਲ ਜੀ, ਉਹਨਾਂ ਨੇ ਸਾਰੇ ਕੁਛ ਹੀ ਆਪਣਾ ਜਿਹੜਾ ਪੌਜ਼ ਲਗਾ ਦਿੱਤਾ ਜੀ। ਮਨਜੋਤ ਜੀ, G20 ਦੇ ਇੱਕ ਹੋਰ ਬਹੁਤ ਹੀ ਅਹਿਮ ਜਿਹੜੀ ਗੱਲਬਾਤ ਸੀਗੀ ਉਹ ਹੈਗੀ ਸੀਗੀ ਸਕਿਲਡ ਵਰਕਰ ਦੀ। ਹਾਂਜੀ, ਸਕਿਲਡ ਟ੍ਰੇਨਿੰਗ ਦਿੱਤੀ ਜਾਣੀ ਸੀਗੀ ਜੀ। ਬਾਅਦ ਵਿੱਚ ਸਾਰੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆ, ਆਪਣੇ ਸਰੋਤਿਆਂ ਨੂੰ ਦੱਸਦਾ, ਬਾਅਦ ਵਿੱਚ ਸਾਰੀਆਂ ਹੀ ਇਹ ਗੱਲ ਕਹਿੰਦੀਆਂ ਨੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਉਹ ਬਾਹਰ ਨੂੰ ਭੱਜੇ ਜਾ ਰਹੇ ਆ, ਪੰਜਾਬ ਦੇ ਨੌਜਵਾਨ ਉਹ ਇੱਥੇ ਨਹੀਂ ਰਹਿੰਦੇ। ਜਦੋਂ ਇੱਥੇ ਓਪਰਚੁਨਿਟੀਜ਼ ਦੀ ਗੱਲਬਾਤ, ਜਦੋਂ ਇੱਥੇ ਇੰਪਲੋਇਮੈਂਟ ਦੀ ਗੱਲਬਾਤ, ਜਦੋਂ ਇੱਥੇ ਸਕਿਲਡ ਟ੍ਰੇਨਡ ਦੀ ਗੱਲਬਾਤ ਬਾਠ ਸਾਹਿਬ ਕਰਦੇ ਪਏ ਆ, ਬਿਲਕੁਲ ਜੀ, ਉਸੇ ਹੀ ਸਾਡੇ ਦੇ ਵਿੱਚ ਇਹਨਾਂ ਨੇ 18 ਤਰੀਕ ਨੂੰ ਜਿਹੜਾ ਆ ਉਹ ਕਹਿੰਦੇ ਵੀ ਸਾਡੀ ਇੱਕਦਮ ਹੀ ਜਿਹੜਾ ਐਕਸ਼ਨ ਲੈ ਲਿਆ। ਦੇਖੋ ਮਨਜੋਤ ਜੀ, ਤੁਸੀਂ ਗੱਲ ਕੀਤੀ ਬਾਕੀ ਰਾਜਨੀਤਿਕ ਪਾਰਟੀਆਂ ਦੀ, ਦੇਖੋ ਅਜਨਾਲੇ ਦੇ ਵਿੱਚ ਜੋ ਕੁਝ ਵੀ ਹੋਇਆ, ਬਿਲਕੁਲ ਜੀ, ਆਪਾਂ ਨਹੀਂ ਕਹਿੰਦੇ ਸਹੀ ਆ, ਆਪਾਂ ਨਹੀਂ ਕਹਿੰਦੇ ਗਲਤ ਆ, ਪਰ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਸੀ ਜੀ। ਇਹਨਾਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਦੇ ਉੱਪਰ ਜ਼ੋਰ ਪਾਇਆ ਜੀ ਵੀ ਤੁਸੀਂ ਇਸ ਤੇ ਕਾਰਵਾਈ ਕਿਉਂ ਨਹੀਂ ਕਰਦੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਣ। ਉਹਨਾਂ ਦੇ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਨੇ ਬਹੁਤ ਹੀ ਭਗਵੰਤ ਮਾਨ ਜੀ ਨੂੰ ਵਾਰ ਵਾਰ ਉਹਨਾਂ ਨੇ ਸੰਬੋਧਨ ਕੀਤਾ ਵੀ ਤੁਸੀਂ ਇਸ ਤੇ ਕਾਰਵਾਈ ਕਰੋ ਜੀ, ਉਹਨਾਂ ਨੇ ਐਕਸ਼ਨ ਲੈਣਾ ਲਾਜ਼ਮੀ ਸਮਝਿਆ ਜੀ। ਹੁਣ ਸਾਰੀਆਂ ਪਾਰਟੀਆਂ ਕਹਿ ਰਹੀਆਂ ਵੀ ਤੋਂ ਇਹਨਾਂ ਨੂੰ ਨੌਜਵਾਨੀ ਨੂੰ ਖਤਰਾ, ਇਹਨਾਂ ਨੇ ਨੌਜਵਾਨੀ ਨੂੰ ਮਾਰ ਦੇਣਾ, ਇਹ ਫਿਰ
ਜਿਹੜਾ 1980s ਦੇ ਵਿੱਚ ਉਹੀ ਰਸਤੇ ਤੇ ਸਰਕਾਰ ਤੁਰ ਪਈ ਆ ਵੀ ਸੈਂਟਰ ਦੇ ਨਾਲ ਇਹਨਾਂ ਦੀਆਂ ਕੋਝੀਆਂ ਨੀਤੀਆਂ ਨੂੰ ਲੈ ਕੇ ਬਹੁਤ ਹੀ ਜਿਹੜੇ ਪੰਜਾਬ ਦੇ ਸ਼ੁਭ ਚਿੰਤਕ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਉਦਾਸੀ ਛਾਈ ਹੋਈ ਹੈ ਇਸ ਟਾਈਮ ਦੇ ਵਿੱਚ ਪਰ ਕਿਤੇ ਨਾ ਕਿਤੇ ਆਪਾਂ ਸ਼੍ਰੀ ਭਗਵੰਤ ਮਾਨ ਜੀ ਇਕੱਲਿਆਂ ਨੂੰ ਇਸ ਚੀਜ਼ ਬਾਰੇ ਬਲੇਮ ਨਹੀਂ ਕਰ ਸਕਦੇ ਉਹਨਾਂ ਤੇ ਥੋਪਿਆ ਨਹੀਂ ਜਾ ਸਕਦਾ ਇਹਨਾਂ ਨੂੰ ਸਾਨੂੰ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਅਕਾਊਂਟੇਬਲ ਰੱਖਣਾ ਪਵੇਗਾ ਬਿਲਕੁਲ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਵਾਂ ਦੋਸਤੋ ਮੈਂ ਮਨਜੋਤ ਸਿੰਘ ਧਨੋਆ ਮੇਰੇ ਨਾਲ ਗੁਰਜੀਤ ਸਿੰਘ ਬਾਠ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਸੰਬੋਧਨ ਕਰਦੇ ਸਾਡਾ ਕਿਸੇ ਪਾਰਟੀ ਨਾਲ ਕੋਈ ਲਿੰਕ ਨਹੀਂ ਅਸੀਂ ਸਾਰਿਆਂ ਦੀਆਂ ਗੱਲਾਂ ਬਾਤਾਂ ਇੱਦਾਂ ਕਰਨੀਆਂ ਇਸੇ ਨਾਲ ਹੀ ਜਿੱਦਾਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਨੇ ਗੱਲਬਾਤ ਕੀਤੀ ਪੰਜਾਬ ਦੇ ਚੀਫ ਮਿਨਿਸਟਰ ਨੇ ਕਾਫੀ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਆ ਬਾਠ ਸਾਹਿਬ ਤੇ ਜੇਕਰ ਉਹਨਾਂ ਨੂੰ ਵੀ ਕਹਿੰਦੇ ਕਿ ਪ੍ਰੈਸ਼ਰਾਈਜ਼ ਕੀਤਾ ਗਿਆ ਸਾਰੇ ਪਾਸੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਮੈਂ ਇੱਕ ਦੀ ਗੱਲ ਨਹੀਂ ਕਰਦਾ ਬਾਠ ਸਾਰੀਆਂ ਸਿਆਸੀ ਪਾਰਟੀਆਂ ਨੇ ਅਜਨਾਲੀ ਵਾਲੀ ਘਟਨਾ ਦੇ ਵਿੱਚ ਆਪਣੀਆਂ ਰੋਟੀਆਂ ਸੇਕੀਆਂ ਉਹਦੇ ਉੱਤੇ ਬਿਲਕੁਲ ਜੀ ਰਾਜਨੀਤੀ ਤੇ ਫਿਰ ਉਹ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜੀ ਐਕਸ਼ਨ ਲੈਣ ਦੇ ਲਈ ਇੱਕ ਮੈਂ ਹੋਰ ਇਹਦੇ ਵਿੱਚ ਗੱਲ ਕਿਉਂਕਿ ਆਪਾਂ ਆਫ ਦਾ ਟੌਪਿਕ ਨਹੀਂ ਜਾਣਾ ਚਾਹੁੰਦੇ ਆਪਾਂ ਟੌਪਿਕ ਦੇ ਉੱਤੇ ਰਹਿਣਾ ਚਾਹੁੰਦੇ ਆ ਸਾਡਾ ਟੌਪਿਕ ਇਹ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਅਫੈਕਟ ਹੋਈਆਂ ਉਸ ਜਿਹੜਾ ਉਹ ਘਟਨਾ ਦੇ ਨਾਲ ਜਿਹੜਾ ਵੀ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਉਹਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਅਫੈਕਟ ਹੋਈਆਂ ਇੱਕ ਹੋਰ ਗੱਲ ਜੋੜ ਦਵਾਂ ਵਾਟ ਸਾਹਿਬ L20 L20 ਦੀ ਜਿਹੜੀ ਮੀਟਿੰਗ ਆ ਉਹ ਸਕੈਡਿਊਲ ਸੀਗੀ ਉਹ 19 ਮਾਰਚ ਤੇ 20 ਮਾਰਚ ਨੂੰ ਜਿਹੜੀ ਕਿ ਕੈਂਸਲ ਹੋ ਗਈ ਜੀ ਉਹਦੇ ਵਿੱਚ ਜਿਹੜਾ ਭਾਰਤ ਮਜ਼ਦੂਰ ਸਭਾ ਆ ਹਾਂਜੀ ਸਭ ਤੋਂ ਵੱਡੀ ਭਾਰਤ ਦੀ ਇੰਪਲੋਇਮੈਂਟ ਆਰਗੇਨਾਈਜੇਸ਼ਨ ਆ ਮਜ਼ਦੂਰ ਸਭਾ ਭਾਰਤ ਮਜ਼ਦੂਰ ਸਭਾ ਉਹਨੇ ਇਹਨੂੰ ਸੰਬੋਧਿਤ ਕਰਨਾ ਸੀ ਉਹਨੇ ਇਹਦੇ ਬਾਅਦ ਅੰਮ੍ਰਿਤਸਰ ਦੇ ਵਿੱਚ ਇਹ ਵੀ ਮੀਟਿੰਗ ਸੀਗੀ ਉਹਨੇ ਇਹਦੇ ਬਾਅਦ ਗੱਲਬਾਤ ਕਰਨੀ ਸੀਗੀ ਹੋਰ ਇੰਪਲੋਇਮੈਂਟ ਆਪਰਚੁਨਿਟੀਜ਼ ਲੈ ਕੇ ਆਉਣੀਆਂ ਸੀ ਅੰਮ੍ਰਿਤਸਰ ਦੇ ਵਿੱਚ ਉਹ ਵੀ ਕੈਂਸਲ ਹੋ ਗਈ ਸੋ ਕਿਤੇ ਨਾ ਕਿਤੇ ਇਹ ਗੱਲ ਹੋ ਰਿਹਾ ਕਿ ਐਕਸ਼ਨ ਦਾ ਟਾਈਮ ਵੀ ਗਲਤ ਰਿਹਾ ਬਿਲਕੁਲ ਜੀ ਐਕਸ਼ਨ ਪਹਿਲਾਂ ਸੋਚ ਕੇ ਇਹਨਾਂ ਨੇ ਰੱਖਿਆ ਸੀਗਾ ਕਿ ਇਹ ਜਿਹੜੀਆਂ ਤਰੀਕਾਂ ਆ ਉਹਨੂੰ ਲੈਣਾ ਹੈ ਕਿਉਂਕਿ 19 ਮਾਰਚ ਸਾਡੇ ਲਈ ਬਹੁਤ ਹੀ ਵੱਡਾ ਦਿਨ ਸੀਗਾ ਇੱਕ ਸਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹੜੇ ਗਾਇਕ ਨੇ ਉਹਨਾਂ ਦੀ ਬਰਸੀ ਕਿੰਨਾ ਇਕੱਠ ਵਟਸਐਪ ਉਹਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਜਿਹੜਾ ਮਨਜੋਤ ਜੀ ਉਸ ਦੇ ਵਿੱਚ ਇਕੱਠ ਦੀ ਸੰਭਾਵਨਾ ਸੀਗੀ ਵੀ 2 ਤੋਂ 2.5 ਲੱਖ ਬੰਦਾ ਤਕਰੀਬਨ ਆਵੇਗਾ ਬਿਲਕੁਲ ਜੀ ਸੋ ਇਹ ਵੀ ਇੱਕ ਵੱਡਾ ਮੁੱਦਾ ਹੈ ਇੱਕ ਆਪਾਂ G20 L20 ਅਤੇ ਸਰਦਾਰ ਸ਼ੁਭਦੀਪ ਸਿੰਘ ਦੀ ਪਹਿਲੀ ਬਰਸੀ ਤਿੰਨੇ ਚੀਜ਼ਾਂ ਇੱਕ ਬਹੁਤ ਵੱਡੇ ਮੁੱਦੇ ਨੇ ਪੰਜਾਬ ਦੇ ਜਿਹੜੇ ਇਸ ਐਕਸ਼ਨ ਦੇ ਨਾਲ ਅਫੈਕਟ ਹੋਏ ਜਿਹਦੇ ਬਾਰੇ ਗੱਲਬਾਤ ਅਸੀਂ ਅੱਜ ਕਰਨੀ ਆ ਅਤੇ ਜਿਹੜੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੀ ਜਿਹੜੀ ਬਰਸੀ ਆ ਉਹ ਅੱਜ ਜੇਕਰ ਧਰਨੇ ਲਗਾ ਰਹੇ ਨੇ ਉਹ ਗੱਲਬਾਤ ਕਰ ਰਹੇ ਨੇ ਕਿ ਸਾਨੂੰ ਕਿਉਂ ਨਹੀਂ ਇਨਸਾਫ ਮਿਲਿਆ ਉਹਦੀ ਬਰਸੀ ਦੇ ਉੱਤੇ ਇਕੱਠ ਹੋਣਾ ਸੀ ਉੱਥੇ ਲੋਕਾਂ ਨੇ ਇਕੱਠੇ ਹੋਣਾ ਸੀ ਇਕੱਠੀ ਇੱਕ ਆਵਾਜ਼ ਉੱਠਣੀ ਸੀਗੀ ਉਹਨੂੰ ਵੀ ਇਫੈਕਟ ਕੀਤਾ ਗਿਆ ਜੀ ਰਾਈਟ ਸੋ ਆਪਾਂ ਇਹਦੇ ਵਿੱਚ ਸਰਕਾਰ ਨੂੰ ਇਕੱਲੀ ਨੂੰ ਨਹੀਂ ਗਲਤ ਕਹਿੰਦੇ ਆਪਾਂ ਇੱਕ ਆਪਣੇ ਸਿਸਟਮ ਨੂੰ ਵੀ ਗਲਤ ਕਹਿੰਦੇ ਹਾਂ ਕਿਉਂਕਿ ਸਾਰੇ ਪਾਸੋਂ ਪ੍ਰੈਸ਼ਰਾਈਜ਼ ਵੀ ਕੀਤਾ ਗਿਆ ਅਤੇ ਟਾਈਮਿੰਗ ਬਹੁਤ ਗਲਤ ਰਹੀ ਗਈ ਸੋ ਬਾਠ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਬਿਲਕੁਲ ਮਨਜੋਤ ਜੀ ਆਪਾਂ ਨੂੰ ਤਰੀਕਾਂ ਇੱਕ ਵਾਰੀ ਫਿਰ ਮੈਂ ਸਰੋਤਿਆਂ ਦੇ ਮਨ ਦੇ ਵਿੱਚ ਲਿਆ ਦੇਵਾਂ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਜੀ ਅੱਜ 24 ਮਾਰਚ ਹੋ ਗਈ ਆ ਜੀ 18 ਮਾਰਚ ਨੂੰ ਭਾਈ ਸਾਹਿਬ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਹੁਣ ਪੰਜਾਬ ਪੁਲਿਸ ਨੇ ਡਿਕਲੇਅਰ ਕਰਤਾ ਵੀ ਭਾਈ ਸਾਹਿਬ ਸਾਡੇ ਹੱਥ ਨਹੀਂ ਆਏ ਉਹ ਪੰਜਾਬ ਚੋਂ ਬਾਹਰ ਹਰਿਆਣੇ ਦੇ ਵਿੱਚ ਜਾ ਚੁੱਕੇ ਨੇ ਤੇ ਉਹਨਾਂ ਦੀ ਕੋਸ਼ਿਸ਼ ਆ ਜਾਂ ਉਹ ਹਜ਼ੂਰ ਸਾਹਿਬ ਜਾਣਗੇ ਜਾਂ ਉਹ ਨੇਪਾਲ ਜਾਣਗੇ ਪਰ ਆਪਾਂ ਇਸ ਚੀਜ਼ ਬਾਰੇ ਇਹਨਾਂ ਤਰੀਕਾਂ ਦੇ ਉੱਤੇ ਦੁਬਾਰਾ ਗੌਰ ਕਰਦੇ ਹਾਂ ਕਿਤੇ ਬਾਹਰ ਆਫ ਟੌਪਿਕ ਨਾ ਜਾਂਦਿਆਂ ਹੋਇਆਂ ਵੀ ਜਿਹੜੀ ਮਨਜੋਤ ਜੀ 19 ਮਾਰਚ ਨੂੰ ਸ਼ੁਭਦੀਪ ਦੀ ਜਿਹੜੀ ਬਰਸੀ ਸੀਗੀ ਬਹੁਤ ਹੀ ਜਿਹੜੀਆਂ ਸੰਗਤਾਂ ਨੂੰ ਐਜ਼ ਅ ਟ੍ਰਿਬਿਊਟ ਪੇ ਕਰਨਾ ਚਾਹੁੰਦੀਆਂ ਸੀ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਬਿਲਕੁਲ ਤੇ ਉੱਥੇ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਜੀ ਉੱਥੇ ਇੱਕ ਵੱਡਾ ਇਕੱਠ ਹੋਣ ਦੀ ਸੰਭਾਵਨਾ ਸੀ 2 ਤੋਂ 2.5 ਲੱਖ ਬੰਦੇ ਦਾ ਤੇ ਜਿਹੜੇ ਬੁੱਧੀਜੀਵੀ ਲੋਕ ਨੇ ਜਿਹੜੇ ਸਿੱਖ ਕੌਮ ਪ੍ਰਤੀ ਆਪਣਾ ਦਰਦ ਰੱਖਦੇ ਨੇ ਉਹ ਇੱਕ ਸਿੱਖ ਨੌਜਵਾਨ ਸੀ ਪੂਰੇ ਵਿਸ਼ਵ ਦਾ ਸਤਾਰਾ ਸੀ ਬਿਲਕੁਲ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਜਾਣਾ ਤੈਅ ਸੀ ਬਿਲਕੁਲ ਜਿਹੜਾ ਸਾਡੇ ਭਰੋਸੇਮੰਦ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਵੀ ਉੱਥੇ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਬਿਲਕੁਲ ਜੀ ਇੱਕ ਮੈਂ ਹੋਰ ਚੀਜ਼ ਵਿੱਚ ਮਨਜੋਤ ਜੀ ਐਡ ਕਰਨਾ ਚਾਹੁੰਦਾ ਹਾਂਜੀ ਜਿਹੜੀ ਰੋਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਆਈ ਆ ਬਿਲਕੁਲ ਜੀ ਉਹ ਇੰਟਰਵਿਊ ਕਿਸ ਟਾਈਮ ਤੇ ਆਈ ਆ ਹਾਂਜੀ ਉਹਦੀ ਬਰਸੀ ਦੇ ਲਾਗੇ ਆਈ ਆ ਵੀ ਜਿਹੜੇ ਉਹਨਾਂ ਦੇ ਮਾਂ ਪਿਓ ਦੀਆਂ ਭਾਵਨਾਵਾਂ ਉਹਨਾਂ ਦਾ ਮਜ਼ਾਕ ਬਣ ਰਿਹਾ ਮਨਜੋਤ ਜੀ ਮਾਂ ਪਿਓ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜਿੰਨੇ ਸ਼ੁਭਦੀਪ ਸਿੰਘ ਨੂੰ ਪਿਆਰ ਕਰਨ ਵਾਲੇ ਜਿੰਨੇ ਸਰੋਤੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜਿੰਨੇ ਪੰਜਾਬੀ ਅੱਜ ਇਸ ਗੱਲ ਨੂੰ ਸਪੋਰਟ ਕਰ ਰਹੇ ਆ ਕਿ ਸਾਨੂੰ ਇਨਸਾਫ ਜਿਹੜਾ ਉਹਨੂੰ ਦਵਾ ਕੇ ਰਵਾਂਗੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸੋ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਕਿ ਇਹ ਜਿਹੜੀ ਲਾਰੈਂਸ ਬਿਸ਼ਨੋਈ ਦੀ ਵੀ ਇੰਟਰਵਿਊ ਆਈ ਜੇਲ੍ਹ ਦੇ ਵਿੱਚੋਂ ਉਹਨੂੰ ਵੀ ਕਿਤੇ ਨਾ ਕਿਤੇ ਇੱਕ ਵੱਡਾ ਮੁੱਦਾ ਸੀਗਾ ਜਿਹੜੀ ਉਹਦੇ ਵਿੱਚ ਗੱਲਬਾਤ ਹੋਣੀ ਸੀਗੀ ਬਰਸੀ ਦੇ ਉੱਤੇ ਉੱਥੋਂ ਵੀ ਧਿਆਨ ਭੜਕਾਇਆ ਗਿਆ ਕਿ ਧਿਆਨ ਭੜਕਾਉਣ ਦੀ ਗੱਲ ਹੈ ਜਦੋਂ ਵੀ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਜਾਂ ਸਿਆਸਤ ਆਪਣੇ ਆਪ ਨੂੰ ਕਵਰ ਕਰਨ ਦੀ ਗੱਲਬਾਤ ਕਰਦੀ ਆ ਸਭ ਤੋਂ ਪਹਿਲਾਂ ਉਹ ਇਹ ਦੇਖਦੇ ਵੀ ਲੋਕਾਂ ਦਾ ਧਿਆਨ ਕਿੱਦਾਂ ਭੜਕਾਇਆ ਜਾਵੇ ਜੀ ਮਨਜੋਤ ਜੀ
इस चीज़ बारे मैं ऐड करना चाहना मनजोत जी, जे आप देखिए भी जिहड़ियां राजनीतिक पार्टियां ने वो हुण की फैसले लै रहियां ने। पहला चाहे वह श्रोमणी अकाली दल होवे चाहे कांग्रेस होवे, इन्हां सारिआं ने एक वड्डा यूटर्न मारिया जी। हुण इह सारिआं नूं ही मैनूं लगता भी इन्हां नूं इस मुद्दे ते हुण एक वारी इकट्ठिआं होण दी लोड़ आ, ते इन्हां नूं कहना चाहीदा भी जिहड़ा पंजाब दी नौजवानी दा घाण हो रिहा इस घाण नूं रोकिआ जावे। बिल्कुल जी मनजोत जी, 150 तो प्लस बंदे अरैसट किए गए ने, जिहदे विच मैं अपने स्रोतों नूं दसदा कई अंडर एज भी ने जिन्हां दे पेपर जिहड़े ने उह कुछ दिनां दे विच ने। पंजाब पुलिस कहिंदी असीं उन्हां नूं अपने नाल लैके जाके एग्जाम दवावांगे, उन्हां दे पेपर दवावांगे जी पाठ साहब, उह प्रिपेयर कर पाउणगे जेल दे विच। बिल्कुल मनजोत जी, इस चीज़ दा पता की गल आ, सरदार भगवंत मान जी ने कहा वा भी जिहड़े अंडर एज बच्चे ने जिन्हां दे प्लस टू दे पेपर ने, किसी ने कोई फार्म भरना वा, बिल्कुल जिहड़े प्लस टू दे बच्चे आ उन्हां नूं उन्हां दे पेपर देण दी इजाजत दित्ती जाएगी, जां किसी ने कोई नौकरी का फार्म भरना उन्हूं वो फार्म भरन की मंजूरी दी जाएगी। असी बनदियां कहिंदे वी एक्सटेंशन उन्हां वास्ते डेटा उन्हां वास्ते वधावांगे। बिल्कुल पर गल बाट साहब मैं सॉरी थोड़ा इतने कटना चाहूँगा क्योंकि मैं गल पुछना चाहना, तुसी दसो जेकर जेल दे विचों उठ के तुसी पेपर देन जाओ, ठीक है, ਤੁਸੀਂ ਉੱਥੋਂ ਤੁਹਾਡੇ ਨਾਲ ਪੁਲਿਸ ਕਰਮਚਾਰੀ ਆਉਂਦੇ ਪਏ ਆ, ਤੁਹਾਡੇ ਵਿੱਚ ਇੱਕ ਇਨਫਰਨਿਟੀ ਕੰਪਲੈਕਸ ਵੀ ਹੋਣਾ ਕਿ ਬੱਚੇ ਆਲੇ ਦੁਆਲੇ ਜਿਹੜੇ ਨਾਲ ਦੇ ਉਹ ਕੀ ਦੇਖ ਰਹੇ ਆ, ਤੁਹਾਨੂੰ ਜੇਲ ਦੇ ਵਿੱਚ ਪੁਲਿਸ ਵਾਲੇ ਲੈ ਕੇ ਆ ਰਹੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ, ਪੁਲਿਸ ਵਾਲਿਆਂ ਦੇ ਤੁਸੀਂ ਨਾਲ ਜਾਓ, ਉਹਨਾਂ ਦੇ ਦੱਬ ਕੇ ਖਾ ਕੇ ਤੁਸੀਂ ਪੇਪਰ ਦੇਣ ਜਾਓ, ਕੀ ਤੁਹਾਡਾ ਪੇਪਰ ਉੱਦਾਂ ਦਾ ਹੋ ਪਾਊਗਾ ਜਿੱਦਾਂ ਤੁਸੀਂ ਸੋਚਿਆ? ਨਹੀਂ ਮਨਜੋਤ ਜੀ, ਇਸ ਚੀਜ਼ ਦਾ ਪਤਾ ਕੀ ਗੱਲ ਆ, ਇੱਕ ਮੈਂਟਲ ਸਟ੍ਰੈਸ ਬੱਚੇ ਦੇ ਉੱਤੇ ਬਹੁਤ ਬਣ ਜਾਂਦਾ, ਬਹੁਤ ਜ਼ਿਆਦਾ ਕ੍ਰੀਏਟ ਹੋ ਜਾਂਦੀ ਜਿਹੜਾ ਅੰਡਰੇਜ ਆ। ਬਿਲਕੁਲ ਜੀ, ਤੇ ਮਨਜੋਤ ਜੀ ਇੱਕ ਗੱਲ ਇਹ ਆ ਵੀ ਤੁਹਾਨੂੰ ਵੀ ਪਤਾ ਜਿਹੜੀ ਪੰਜਾਬ ਪੁਲਿਸ ਆ ਬੜੇ ਪਿਆਰ ਨਾਲ ਪੁੱਛਗਿੱਛ ਕਰਦੀ ਆ, ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਪੁੱਛਗਿੱਛ ਕੀਤੀ ਵੀ ਹੋਵੇ, ਕੀਤੀ ਹੋਵੇ ਉਸ ਹਾਲਾਤਾਂ ਦੇ ਵਿੱਚ ਪੇਪਰ ਦੇਣਾ ਤਾਂ पढ़ो ते तरीके दे नाल पेपर दो जिदा तुसीं सोचिया सीगा, ना कि तुसीं बहुत ही प्यार ते मुहब्बत दे नाल जिहड़ी उन्हां दी पुछगिछ कीती गई उस तों बाद राइट वे तुसीं उन्हां पेपर देण लैके जाओ। मैं बीते दिन ही मनजोत जी श्री अरविंद केजरीवाल जी दी इंटरव्यू देखी सी। बिल्कुल, ਉਹ ਕਹਿੰਦੇ ਵੀ ਅਸੀਂ ਜਿਹੜਾ ਆਪਰੇਸ਼ਨ ਆ ਪੰਜਾਬ ਦੇ ਵਿੱਚ ਆਪਰੇਸ਼ਨ ਅੰਮ੍ਰਿਤਪਾਲ ਸੈਂਟਰ ਸਰਕਾਰ ਦੇ ਨਾਲ ਰਲ ਕੇ ਚਲਾਇਆ, ਬਿਲਕੁਲ ਸੈਂਟਰ ਦੀਆਂ ਏਜੰਸੀਆਂ ਇਨਵੋਲਵ ਸਨ ਜੀ, ਤੁਸੀਂ ਦੇਖੋ ਵੀ 에ਅਰਫੋਰਸ ਤੱਕ ਇਨਵੋਲਵ ਸੀਗੀ ਜੀ, ਜਿਹੜੀ ਆਪਣੀ 에ਅਰਫੋਰਸ ਆ ਉਹਨਾਂ ਜਿਹੜਾ ਜਿਹੜਾ ਮੰਤਰੀ ਬਾਜੇ ਕੇ ਆ ਜੀ ਜੀ, ਉਸ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਤੇ ਇੱਕ ਸੰਦੀਪ ਸਿੰਘ ਕਲਸੀ ਨੂੰ ਤੇ ਦੋ ਉਹਨਾਂ ਦੇ ਹੋਰ ਸਾਥੀਆਂ ਨੂੰ ਜਹਾਜ਼ ਦੇ ਰਾਹੀਂ ਆਸਾਮ ਲਿਜਾਇਆ ਗਿਆ, ਇੱਕ ਪੁਖਤਾ ਪ੍ਰਬੰਧ ਕਰਕੇ ਇੱਕ ਵੱਡੇ ਲੈਵਲ ਦਾ ਆਪਰੇਸ਼ਨ ਪੰਜਾਬ 'ਚ ਕੀਤਾ ਗਿਆ ਮਨਜੋਤ ਜੀ। ਜੀ ਬਿਲਕੁਲ, ਜੇਕਰ ਤੁਸੀਂ ਚਲੋ NSA ਬਹੁਤ ਵੱਡੀ ਇੱਕ ਐਕਟ ਹੈਗੀ ਆ, ਨੈਸ਼ਨਲ ਸਿਕਿਉਰਿਟੀ ਐਕਟ, ਜੇਕਰ ਉਹਦੇ ਜਿਹਦੇ ਵੀ ਲੱਗਦਾ ਉਹਨੂੰ ਬਿਲਕੁਲ ਆਪਾਂ ਮੰਨਦੇ ਹਾਂ ਗੱਲ, ਉਹਨੂੰ ਆਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਕਹਿੰਦੇ ਕਿ ਬਠਿੰਡੇ ਦੀਆਂ ਜੇਲ੍ਹਾਂ ਬਹੁਤ ਹਾਈਟੈਕ ਨੇ, ਪਟਿਆਲਾ ਜੇਲ੍ਹ ਬੜੀ ਹਾਈਟੈਕ ਹੈ ਸਾਡੀ, ਪੰਜਾਬ ਦੀਆਂ ਸਾਡੀਆਂ ਕਈ ਜੇਲ੍ਹਾਂ ਬਹੁਤ ਹਾਈਟੈਕ ਨੇ, ਪਰ ਫਿਰ ਵੀ ਚਲੋ NSA ਇੱਕ ਬਹੁਤ ਵੱਡੀ ਧਾਰਾ ਆ, ਅਸੀਂ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕਰਦੇ ਕਿ ਚਲੋ ਜੇਕਰ ਉਹ ਕਿਸੇ ਦੇ ਲੱਗਦੀ ਆ ਮਨਜੋਤ ਜੀ ਜਿੱਥੇ ਉਹ ਚਾਹੁੰਦੇ ਉਹ ਲੈ ਕੇ ਜਾ ਸਕਦੇ ਆ। ਸਾਡੀ ਗੱਲ 'ਚ ਕੱਟਣਾ ਚਾਹੂੰਗਾ ਜੀ, ਬੜੀ ਹੱਸ ਹੋਣੀ ਤੁਸੀਂ ਗੱਲ ਕੀਤੀ ਵੀ ਬਠਿੰਡੇ ਵਾਲੀ ਜੇਲ੍ਹ ਬੜੀ ਹਾਈਟੈਕ ਆ, ਉਹ ਜੇਲ੍ਹ ਇੰਨੀ ਕੁ ਹਾਈਟੈਕ ਆ ਜੀ, ਜੇਲ੍ਹ ਦੇ ਵਿੱਚ ਕੈਦੀਆਂ ਦੀ ਇੰਟਰਵਿਊ ਹੋ ਜਾਂਦੀ ਆ ਨਿਊਜ਼ ਚੈਨਲਾਂ ਦੇ, ਅਤੇ ਸਾਡੀ ਪੰਜਾਬ ਪੁਲਿਸ ਸਾਡਾ ਮੀਡੀਆ ਉਸ ਚੀਜ਼ ਬਾਰੇ ਕੁਛ ਨਹੀਂ ਬੋਲ ਰਿਹਾ। ਇਹ ਮੀਡੀਆ ਦੇ ਵਿੱਚੋਂ ਗੱਲ ਆ ਕਿ ਜਿੰਨਾ ਨੈਸ਼ਨਲ ਮੀਡੀਆ ਆ, ਜਿੰਨਾ ਨੈਸ਼ਨਲ ਅਖਬਾਰਾਂ ਆ, ਸਾਰੀਆਂ ਨੇ ਪਹਿਲੇ ਪੰਨੇ ਦੇ ਉੱਤੇ ਪਹਿਲੀਆਂ ਹਾਈਲਾਈਟਸ ਦੇ ਉੱਤੇ ਇਹ ਸਾਰਾ ਕੁਛ ਦਿਖਾਇਆ, ਜਿਹਦੇ ਨਾਲ ਸਾਡੀ L20 ਦੀ ਮੀਟਿੰਗ ਕੈਂਸਲ ਹੋਈ, ਜਿਹਦੇ ਨਾਲ ਸਾਡਾ G20 ਦੇ ਮੁੱਦਿਆਂ ਦੇ ਉੱਤੇ ਇਫੈਕਟ ਪਿਆ, ਜਿਹਦੇ ਨਾਲ ਪੰਜਾਬ ਦੇ ਉੱਤੇ, ਪੰਜਾਬ ਦੀ ਆਰਥਿਕ ਵਿਵਸਥਾ ਦੇ ਉੱਤੇ ਜਿਹੜਾ ਆ ਉਹ ਅਸਰ ਪਿਆ। ਜੀ ਮਨਜੋਤ ਜੀ, ਜੀ ਇਹ ਸਾਰੇ ਹੀ ਪੰਜਾਬ ਨੂੰ ਕਿਉਂ ਦੱਬਣ 'ਤੇ ਲੱਗੇ ਹੋ? ਬਿਲਕੁਲ ਜੀ, ਉਹ ਤਾਂ ਕਹਿੰਦੇ ਜਿਹੜਾ ਨੈਸ਼ਨਲ ਮੀਡੀਆ ਜਿਹੜੀ ਕਵਰੇਜ ਕਰ ਰਿਹਾ, ਤੁਸੀਂ ਉਹਨਾਂ ਦੀ ਕਵਰੇਜ ਦੇਖੋ, ਤੁਹਾਨੂੰ ਤਾਂ ਲੱਗਣਾ ਵੀ ਪੰਜਾਬ 'ਚ ਪਤਾ ਨਹੀਂ ਕਿੰਨਾ ਆਤੰਕ ਅਤੇ ਕਿੰਨਾ ਕੁ ਡਰ ਦਾ ਮਾਹੌਲ ਬਣਿਆ ਹੋਇਆ। ਜੀ ਬਿਲਕੁਲ, ਕੋਈ ਰੈਜ਼ਿਸਟੈਂਸ ਨਹੀਂ ਕੀਤੀ ਜਾ ਰਹੀ, ਬੜਾ ਹੀ ਪੀਸਫੁਲੀ ਢੰਗ ਦੇ ਨਾਲ ਪ੍ਰੋਟੈਸਟ ਚਲਾਏ ਜਾ ਰਹੇ ਹਨ। ਜੀ ਜੇ ਤੁਸੀਂ ਉਹ ਵੀ ਦੇਖੋ ਮਨਜੋਤ ਜੀ, ਗੁਰਦੁਆਰਾ ਸੋਹਾਣਾ ਸਾਹਿਬ ਸਾਹਮਣੇ ਜਿਹੜਾ ਮੋਰਚਾ ਲੱਗਿਆ ਸੀ, ਉਹ ਵੀ ਦੁਪਹਿਰ ਨੂੰ ਪੰਜਾਬ ਪੁਲਿਸ ਵੱਲੋਂ ਚੁਕਾ ਦਿੱਤਾ ਜਾਂਦਾ, ਜਿਹਦੇ ਕਿ ਬਿਲਕੁਲ ਹੀ ਸਾਡੇ ਕਾਨੂੰਨ ਦੇ ਵਿਰੁੱਧ ਜਾ ਕੇ ਉਹਨਾਂ ਨੇ ਅਨਲੌਫੁਲੀ ਬੰਦੇ ਡਿਟੇਨ ਕੀਤੇ ਮਨਜੋਤ ਜੀ, ਚੱਕ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ, ਥਾਣਿਆਂ ਦੇ ਵਿੱਚ ਲੈ ਗਏ ਜੀ, ਉਹਨਾਂ ਨੂੰ ਡਿਟੇਨ ਕੀਤਾ ਗਿਆ ਹਰੀਕੇ ਪੱਤਣ, ਜਿੱਥੇ ਹਰੀਕੇ ਹੈਡ ਦੇ ਉੱਤੇ ਇੱਕ ਸਿੱਖ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਇੱਕ ਵੱਡਾ ਧਰਨਾ ਲਗਾਉਣ ਦੀ, ਉੱਥੇ ਸਿੱਖ ਸੰਗਤ ਸਾਰੇ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਸਾਡੇ ਕੁਝ ਹਿੰਦੂ ਵੀਰ ਵੀ ਸਨ, ਕੁਝ ਮੁਸਲਮਾਨ ਵੀਰ ਵੀ ਉੱਥੇ ਆਏ ਸਨ ਜਿਹੜੇ ਪੰਜਾਬ ਦੀ ਦਿਲੋਂ ਸਪੋਰਟ ਕਰਦੇ ਨੇ ਜੀ, ਉਹਨਾਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਬਹੁਤ ਹੀ ਵੱਡਾ ਲਾਠੀਚਾਰਜ ਕੀਤਾ ਗਿਆ, ਉਹਨਾਂ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ, ਉਹਨਾਂ ਦੇ ਮੋਟਰਸਾਈਕਲਾਂ ਦੀ ਇੱਕ ਬੜੀ ਵੱਡਾ ਉਹਨਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਗਿਆ ਤੇ ਕਈ ਬੰਦੇ ਉੱਥੇ ਡਿਟੇਨ ਕੀਤੇ ਗਏ। ਬਿਲਕੁਲ, ਤੁਸੀਂ ਕੀ ਕਹਿਣਾ ਚਾਹੋਗੇ ਮਨਜੋਤ ਜੀ? ਬਿਲਕੁਲ ਜੀ, ਇਹਦਾ ਜਿਹੜਾ ਇਫੈਕਟ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਿਆ,
इस चीज़ का नैशनल मीडिया का जो अज दिखाया जा रहा जो सारी अखबारों के उत्ते फ्रंट पेज के उत्ते लगाया जा रहा इफेक्ट बाहरले देशों में भी पहुँच गया। मैं पिछले दिन ही एक सोशल मीडिया के उत्ते एक पोस्ट देख रहा सीगा, हुण मैं आप भी इत्थे रियल स्टेट प्रोफेशन दे विच आ, ते ओह किसी ने टिकटॉक की वीडियो पाई सी, किसी रियल स्टेट एजेंट ने सिंह सूरमा सीगा, तो उसके थले किसी होर भाईचारे के बंदे ने कमेंट किया सीगा कि असी टैररिस्ट तो घर नहीं लैंदे, यह साडी मानसिकता बना दित्ती नैशनल मीडिया ने, अज सानू यह सोचण लग पए। अज बाहरलियां कंट्रियां दे विच वी इह जिहड़ी आ हेट आ उह पहुँच गई आ, ਤੁਸੀਂ ਹੁਣ ਦੇਖਿਆ ਹੋਣਾ ਪਿੱਛੇ ਹੁਣ ਰੈਲੀਆਂ ਦੁਬਾਰਾ ਹੋ ਰਹੀਆਂ ਜੀ, ਮਨਜੂਰ ਸਾਰਾ ਕੁਝ ਦੁਬਾਰਾ ਸਰਗਰਮੀ ਦੇ ਵਿੱਚ ਆ ਗਿਆ। ਮੈਂ ਇੱਕ ਗੱਲ ਇਹਦੇ ਵਿੱਚ ਜੋੜਨਾ ਚਾਹੁੰਦਾ, ਜਦੋਂ ਇਹਨੂੰ ਕਿਤੇ ਨਾ ਕਿਤੇ ਕਿਸਾਨ ਮਜ਼ਦੂਰ ਏਕਤਾ ਜਿਹੜਾ ਸੰਘਰਸ਼ ਗਿਆ ਸੀਗਾ ਪਿੱਛੇ, ਹਾਂਜੀ ਉਹਦੇ ਨਾਲ ਲਿੰਕ ਕੀਤਾ ਜਾ ਰਿਹਾ, ਬਿਲਕੁਲ ਜੀ, ਉਦੋਂ ਵੀ ਰੈਲੀਆਂ ਇਦਾਂ ਹੀ ਹੋਈਆਂ ਸੀਗੀਆਂ, ਉਦੋਂ ਮਿਡ ਕਰੋਨਾ ਦਾ ਟਾਈਮ ਸੀਗਾ, ਉਦੋਂ ਆਰਥਿਕ ਵਿਵਸਥਾ ਸਾਰੇ ਪਾਸੇ ਬਹੁਤ ਜ਼ਿਆਦਾ ਡਿੱਗੀ ਹੋਈ ਸੀਗੀ ਜੀ, ਉਦੋਂ ਵੀ ਪੰਜਾਬ ਨੂੰ ਰੱਜ ਕੇ ਲੁੱਟਿਆ ਗਿਆ ਜੀ, ਕਿਉਂਕਿ ਜਿੰਨੋਂ ਕਿਸੇ ਨੇ ਟਰਾਲੀ ਲੈ ਕੇ ਜਾਣੀ, ਹਾਂਜੀ, ਜਦੋਂ ਧਰਨਿਆਂ ਦੇ ਉੱਤੇ ਫੂਡ ਜਾਣਾ, ਜਦੋਂ ਧਰਨੇ ਦੇ ਉੱਤੇ ਸਾਰਾ ਕੁਝ ਜਾਣਾ, ਸਾਰਾ ਕੁਝ ਪੰਜਾਬ ਤੋਂ ਦਿੱਲੀ ਲੈ ਕੇ ਜਾਇਆ ਗਿਆ ਜੀ, ਪੰਜਾਬ ਦੇ ਰਿਸੋਰਸਿਸ ਵੇਸਟ ਕੀਤੇ ਗਏ, ਪੰਜਾਬ ਦੀ ਆਰਥਿਕ ਵਿਵਸਥਾ ਨੂੰ ਹਿੱਟ ਕੀਤਾ ਗਿਆ ਜੀ। ਅੱਜ ਫਿਰ ਤੋਂ ਜਦੋਂ ਟਾਈਮ ਥੋੜ੍ਹਾ ਜਿਹਾ ਮਾੜਾ ਆਇਆ, ਰਿਸੈਸ਼ਨ ਦੇ ਰੋਲੇ ਬਾਰੇ ਸ਼ੁਰੂ ਹੋਏ, ਬਿਲਕੁਲ ਜੀ, ਜਦੋਂ ਹੁਣ ਇਹਨਾਂ ਨੇ ਦੇਖਿਆ ਕਿ ਸਾਡਾ ਗਵਾਂਢੀ ਦੇਸ਼ ਪਾਕਿਸਤਾਨ ਵੀ ਆਲਰੇਡੀ ਰਿਸੈਸ਼ਨ ਦੇ ਹੇਠ ਆ ਚੁੱਕਿਆ ਜੀ, ਦੂਸਰੇ ਪਾਸੇ ਸ਼੍ਰੀਲੰਕਾ ਵੀ ਆ ਚੁੱਕਿਆ ਜੀ, ਅਮਰੀਕੀ ਡਾਲਰ ਕਿਤੇ ਵੱਧ ਗਿਆ, ਬਿਲਕੁਲ, ਤੇ ਹੁਣ ਇਹਨਾਂ ਨੂੰ ਜਿੱਥੇ ਖਤਰਾ ਹੋਇਆ ਇਹਨਾਂ ਨੇ ਦੁਬਾਰਾ ਫਿਰ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜੀ। ਦੁਬਾਰਾ ਸਰੋਤਿਆਂ ਨੂੰ ਦੱਸਦਾ, ਆਫ ਦਾ ਟੋਪਿਕ ਨਹੀਂ ਜਾਣਾ ਚਾਹੁੰਦਾ, ਪਰ ਬਿਲਕੁਲ ਪੰਜਾਬ ਦੀ ਆਰਥਿਕ ਵਿਵਸਥਾ ਜਿਹੜੀ ਉਹ ਹਿੱਟ ਹੋਈ ਹੈ, ਉਹ ਨੈਸ਼ਨਲ ਨਿਊਜ਼ ਨੇ ਸਾਰੇ ਪਾਸੇ ਹਾਈਲਾਈਟ ਕੀਤਾ, ਉਹਦੇ ਨਾਲ L20 ਦੀ ਮੀਟਿੰਗ, G20 ਦੀ ਮੀਟਿੰਗ, ਸਾਡੀਆਂ ਜਿੰਨੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਆਉਣੀਆਂ ਸੀਗੀਆਂ ਉਹਦੇ ਥਰੂ ਸਾਰੀਆਂ ਕੈਂਸਲ ਹੋਈਆਂ, ਬਿਲਕੁਲ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਸਾਡੀ ਆਰਥਿਕ ਵਿਵਸਥਾ ਨੂੰ ਹਿੱਟ ਕੀਤਾ ਗਿਆ ਇਸ ਐਕਟ ਦੇ ਨਾਲ, ਬਿਲਕੁਲ ਜੀ। ਜੀ ਬਾਟ ਸਾਹਿਬ, ਇਹ ਗੱਲ ਤੁਸੀਂ ਦੱਸੋ ਵੀ ਇਹਦੇ ਵਿੱਚ ਹੁਣ ਕਿੰਨੀ ਕੁ ਸੱਚਾਈ ਆ, ਕਿ ਉਹ ਜਿਹੜਾ ਹਿੱਟ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਕਿਸ ਤਰੀਕੇ ਨਾਲ ਹਿੱਟ ਕੀਤਾ ਗਿਆ? ਜਿਹੜੀ ਆਰਥਿਕ ਵਿਵਸਥਾ ਮਨਜੋਤ ਜੀ, ਇੱਕ ਡਰ ਦਾ ਬੱਚੇ ਸਕੂਲਾਂ 'ਚ ਨਹੀਂ ਜਾ ਰਹੇ ਜੀ, ਪੰਜਾਬ ਦੀਆਂ ਬਹੁਤੀਆਂ ਦੁਕਾਨਾਂ ਬੰਦ ਨੇ, ਜਿਹੜਾ ਸਾਡਾ ਵਪਾਰੀ ਭਾਈਚਾਰਾ ਉਹ ਵੀ ਡਰਿਆ ਹੋਇਆ ਜੀ। ਇਸ ਚੀਜ਼ ਤੁਸੀਂ ਮੀਡੀਆ ਦਾ ਰੋਲ ਦੇਖੋ, ਜਿਵੇਂ ਤੁਸੀਂ ਗੱਲ ਕੀਤੀ ਸਾਡੇ ਨੈਸ਼ਨਲ ਮੀਡੀਆ ਦੀ, ਬਹੁਤ ਹੀ ਵੱਡੇ ਲੈਵਲ ਤੇ ਡੀਫੇਮ ਕੀਤਾ ਜਾ ਰਿਹਾ ਜੀ ਪੰਜਾਬ ਨੂੰ, ਤੇ ਤੁਸੀਂ ਇਸ ਚੀਜ਼ ਤੋਂ ਇਹ ਪਤਾ ਲੱਗਦਾ ਵੀ ਕੋਈ ਵੱਡਾ ਇੰਡਸਟਰੀਅਲਿਸਟ ਪੰਜਾਬ ਦੇ ਵਿੱਚ ਕਿਵੇਂ ਇੰਡਸਟਰੀ ਲਾਊਗਾ, ਜਿੱਥੇ ਇੱਕ ਲੇਬਰ ਦੀ ਇੱਕ ਬਹੁਤ ਜ਼ਿਆਦਾ ਅਨਇੰਪਲੋਇਮੈਂਟ ਦੀ ਬੜੀ ਵੱਡੀ ਪ੍ਰੋਬਲਮ ਆ, ਪਰ ਜਿੱਥੋਂ ਤੁਹਾਨੂੰ ਪੰਜਾਬ ਸ਼ੋ ਕੀਤਾ ਜਾ ਰਿਹਾ ਵੀ ਪੰਜਾਬ ਅੰਡਰ ਬਹੁਤ ਮਾੜੇ ਹਾਲਾਤ ਬਣੇ ਹੋਏ ਨੇ, ਉੱਥੇ ਟੈਰਰ ਐਕਟ ਹੋ ਰਹੇ ਨੇ ਜਾਂ ਕੁਛ ਵੀ ਡੀਫੇਮ ਕਰਕੇ ਨੈਸ਼ਨਲ ਮੀਡੀਆ ਆਪਣੀਆਂ ਕਹਾਣੀਆਂ ਜੜ ਕੇ ਦਿਖਾ ਰਿਹਾ ਵਾ ਜੀ, ਕਿਤੇ ਨਾ ਕਿਤੇ ਕਦੀ ਕੋਈ ਇਹਦੇ ਨਾਲ ਸੈਂਟਰ ਨੂੰ ਇੱਕ ਹੋਰ ਫਾਇਦਾ, ਇਹਦੇ ਨਾਲ ਤੁਹਾਡੇ ਇੱਕ ਹੋਰ ਗੱਲ ਜੋੜ ਦਵਾਂ, ਸੈਂਟਰ ਨੂੰ ਇੱਕ ਹੋਰ ਫਾਇਦਾ, ਜਦੋਂ ਕੋਈ ਵੀ ਸਟੇਟ ਅੰਡਰ ਟੈਰਰਿਸਟ ਐਕਟ ਹੁੰਦੀ ਆ, ਉਹਦੇ ਸਾਰੇ ਹੀ ਦੇਸ਼ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ, ਕਰਜ਼ੇ ਮਾਫ਼ ਕਰ ਦਿੱਤੇ ਜਾਂਦੇ, ਬਹੁਤੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ, ਉਹ ਫਿਰ ਸੈਂਟਰ ਨੂੰ ਫਾਇਦਾ ਵਰਲਡ ਬੈਂਕ ਵੱਲੋਂ, ਕਿਸੇ ਨਾ ਕਿਸੇ ਪਾਸੇ ਜੋ ਮਰਜ਼ੀ ਗੱਲਬਾਤ ਬਣਾ ਕੇ ਕਿਸੇ ਨਾ ਕਿਸੇ ਪਾਸੇ ਦਿਖਾ ਕੇ ਹਮੇਸ਼ਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਜੀ ਮਨਜੋਤ ਜੀ, ਇਹ ਪੰਜਾਬ ਜਿਹੜਾ ਸਾਡਾ ਨੈਸ਼ਨਲ ਮੀਡੀਆ ਜੀ, ਇਹਨਾਂ ਨੂੰ ਇੱਕ, ਕਿਉਂਕਿ ਜਿਹੜਾ ਮੀਡੀਆ ਨੂੰ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਜੀ, ਬਿਲਕੁਲ, ਤੇ ਸਭ ਮੀਡੀਆ ਦਾ ਫਰਜ਼ ਬਣਦਾ, ਜਿਹੜੇ ਮੀਡੀਆ ਬਿਜ਼ਨਸ ਨੇ, ਮੈਂ ਆਪਣੇ ਪੱਤਰਕਾਰ ਭਰਾਵਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਦਰ ਕਰਦਾ, ਵੀ ਉਹਨਾਂ ਨੂੰ ਨਿਊਟਰਲ ਹੋ ਕੇ ਜਿਹੜੀ ਆਪਣੀ ਮੀਡੀਆ ਕਵਰੇਜ ਆ ਉਹ ਦਿਖਾਉਣੀ ਚਾਹੀਦੀ ਆ, ਜਿਹੜੀ ਸੱਚ ਦੀ ਆਵਾਜ਼ ਆ, ਜਿਵੇਂ ਤੁਹਾਡੇ ਪ੍ਰੋਗਰਾਮ ਦਾ ਨਾਮ ਆ, ਵੀ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਜੀ, ਬਿਲਕੁਲ, ਜੋ ਕਿ ਨੈਸ਼ਨਲ ਮੀਡੀਆ ਕਿਤੇ ਨਾ ਕਿਤੇ ਬੜੇ ਬੁਰੇ ਤਰੀਕੇ ਨਾਲ ਅਸਫਲ ਹੁੰਦਾ ਜੀ। ਮਨਜੋਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੇ ਹੁਣ ਆਪਾਂ ਨਿਊਜ਼ ਚੈਨਲ ਦਾ ਨਾਮ ਨਹੀਂ ਲਵਾਂਗੇ, ਇੰਡੀਆ ਦਾ ਸਭ ਤੋਂ ਵੱਡਾ ਨਿਊਜ਼ ਚੈਨਲ ਆ, ਕੱਲ ਆਪਾਂ ਜਦੋਂ ਆਪਾਂ ਪ੍ਰਪੇਅਰ ਕਰਦੇ ਸੀ ਟੌਪਿਕ ਦੇ ਉੱਤੇ, ਇਹ ਗੱਲ ਬੜੀ ਡੂੰਘੀ ਆ, ਜ਼ਰੂਰ ਸੁਣਿਓ ਸਰੋਤਿਓ, ਇਹ ਗੱਲ ਤੁਹਾਡੇ ਨੂੰ ਜਾਣਨੀ ਬਹੁਤ ਜ਼ਰੂਰੀ ਆ, ਦੱਸਿਓ ਬਾਟ ਸਾਹਿਬ। ਬਿਲਕੁਲ ਜੀ, ਜਿਹੜੀਆਂ ਨਾ ਉਸ ਨਿਊਜ਼ ਚੈਨਲ ਨੇ 80 ਤੋਂ ਪਲੱਸ ਡਿਬੇਟਾਂ ਪਾਕਿਸਤਾਨ ਤੇ ਕੀਤੀਆਂ ਜੀ, ਜੀ ਬਿਲਕੁਲ ਬਿਲਕੁਲ, ਜਿਹੜੀਆਂ ਬੇਫਜ਼ੂਲੀ ਡਿਬੇਟਾਂ ਕੀਤੀਆਂ ਗਈਆਂ, ਬਿਲਕੁਲ, ਤੇ ਅਨਇੰਪਲੋਇਮੈਂਟ ਅੱਜ ਦਾ ਇੰਡੀਆ ਦਾ ਕੀ ਵਰਲਡ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਜੀ, ਚਾਹੇ ਆਪਾਂ ਨਾਰਥ ਅਮਰੀਕਾ ਦੀ ਗੱਲ ਕਰ ਲਈਏ, ਜਿਹੜੀਆਂ ਕੰਟਰੀਆਂ ਵਿੱਚ ਆਪਾਂ ਰਹਿੰਦੇ ਹਾਂ ਵੀ ਇੱਥੇ ਵੀ ਅਨਇੰਪਲੋਇਮੈਂਟ ਦਾ ਮਸਲਾ ਬਹੁਤ ਵੱਡਾ ਜੀ, ਤੇ ਉਹ ਇੰਡੀਆ ਦੇ ਵਿੱਚ ਉਹ ਨਿਊਜ਼ ਚੈਨਲ ਨੇ ਇੱਕ ਵੀ ਡਿਬੇਟ ਨਹੀਂ ਕੀਤੀ ਵੀ ਅਨਇੰਪਲੋਇਮੈਂਟ ਨੂੰ ਕਿਵੇਂ ਰਿਜ਼ੋਲਵ ਕੀਤਾ ਜਾਏ ਜੀ, ਕਿਤੇ ਨਾ ਕਿਤੇ ਉਹਨਾਂ ਦਾ ਝੁਕਾਵ ਇੱਕ ਰਾਜਨੀਤਿਕ ਪਾਰਟੀ ਵੱਲ ਝੁਕਦਾ ਹੈ ਤੇ ਉਹਦੀਆਂ ਹੀ ਗੱਲਾਂ ਕਰਦੇ ਨੇ ਤੇ ਉਹਨੂੰ ਹੀ ਪ੍ਰੇਜ਼ ਕਰਦੇ ਨੇ ਜੀ। ਜੀ ਮਨਜੋਤ ਜੀ, ਆਪਾਂ ਆਫ ਦਾ ਟੌਪਿਕ ਨਾ ਆਫ ਦਾ ਟੌਪਿਕ ਨਹੀਂ, ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਗੱਲ ਦੱਸ ਦਵਾਂ, ਜਦੋਂ ਕਿਤੇ ਪਿੰਡਾਂ ਦੇ ਵਿੱਚ ਕੋਈ ਚੰਗਾ ਜ਼ਿਮੀਂਦਾਰ ਉਹ ਕੰਮ ਨਾ ਕਰਨਾ ਚਾਹੇ ਜਾਂ ਕਿਸੇ ਗਲਤ ਪਾਸੇ ਲੱਗ ਜਾਵੇ,
तो उसके घर के जी इनकम होनी घट जाए तो फिर वो आपके बच्चों को आपके परिवार के माड़े जिमीदार की किसी गरीब बंद की एग्जाम्पल देने लग पा सेम उ अज नैशनल मीडिया कर रहा कि वह अपने भारत के जेकर कोई आर्थिक व्यवस्था की कोई तंगी आती है तो वह पाकिस्तान की एग्जाम्पल दे के एक लोली कहते ना एक लोली दे दिंदा बिल्कुल जी बिल्कुल अपने जे जे दर्शक उन्होंने लोली दे के कहता भी ठीक है कि आप किसी नाल तो चंगे ही हाँ तो उपर वाल नहीं देखते ये मैं गलबात कर रहा कि इंपलॉयमेंट की जी कोई इंपलॉयमेंट अनइंपलॉयमेंट उत्ते कोई गलबात नहीं हुई कोई गलबात नहीं पर जेकर दो मीटिंगा बड़िया रखी गई पंजाब दे विच अमृतसर दे विच जी ट्वेंटी एल ट्वेंटी जो शायद अज का मेन मुद्दा बिल्कुल जी ओहदे उत्ते बिल्कुल उस तरह सगर्मी फड़ लई बिल्कुल उस तरह पंजाब नूं उस तरीके नाल हाईलाइट करके दोनों मीटिंगों नूं अफेक्ट किया गया बिल्कुल जी पहले पन्नों के उत्ते अखबार के पहले पन्नों के उत्ते यह जिहड़ियां चीज़ां छपियां जिन्हें की अफेक्ट किया अज बिल्कुल मनजोत जी इस चीज़ ने की गल भाई अमृतपाल सिंह जी नूं घरों अरैसट नहीं किया जा सकता सी की गल उन्हां नूं समन नहीं भेजे जा सकते सी बिल्कुल जी भी जे हुण पंजाब पुलिस कह रही आ भी असीं फड़िया नहीं असीं फड़िया नहीं 80,000 पुलिस वाले नूं जोड़ दवां गल बिल्कुल जी ये तो बड़ी वड्डी नाकामी है जी पुलिस वास्ते इस चीज का बहुत वड्डा जिवें हउआ बनाया जा रहा इस चीज नूं बड़े सुलझे हुए ढंग नाल कीता नपटाया जा रहा सी कदी पंजाब पुलिस उसका एंगल जोड़ दिंदी आ जी आईएसआईएस नाल कदी कोई कह दिंदा एनएसए ला गई एनएसए ला दिंदे आ एकेएफ तैयार हो रही सी आनंदपुर खालसा फोर्स जो कि एक ही बड़ा ही गंभीर मुद्दा है भी जिहड़े पंजाब दी नौजवानी नूं चक के उन्हां ते यूएपीए वर्गियां जां एनएसए वर्गियां धारावां ला दित्तियां जांदियां ने बिल्कुल जी इस पंजाब दी नौजवानी दा कहान किन्नी देर तक जारी रहेगा किन्नी देर तक जारी रहेगा जदों जदों भी देश दे उत्ते कोई समस्या आऊगी आर्थिक व्यवस्था की कोई समस्या आऊगी उदों ही पंजाब दी हिक दे उत्ते पैर रख के अपनियां जिहड़ियां रोटियां सेकियां जाणगियां इह किन्ना टाइम तक कम चलूगा जी मनजोत जी असी तो अरदास करते हैं परमात्मा के चरणों से भी ये जे जल्दी तो जल्दी इस चीज़ को खत्म किया जाए तो पंजाब के जिहड़े नौजवान आसाम च बैठे ने उन्हां नूं अपने घर च वापस लिया जाए तो जिहड़े भी चलो मनजोत जी कई जे सरकार या पुलिस कसूरवार ठहरा रही है भाई अमृतपाल सिंह नूं जां उन्हां दे साथियों नूं पर इहदा चीज़ का यह मतलब नहीं बनता जिहड़ा उन्हां नूं फॉलो करता सी उन्हां दी सोच का उन्हां दी आइडियोलॉजी का फॉलोवर सीगा भी वह भी किसी इदां दी एक्ट दे विच कसूरवार होवे जे अजनाले दे उत्ते अटैक होया थाने दे विच 10 20 25 बंदे जिन्हां ने भी किया जे थाने दे उत्ते कब्जा करके बह गए आपां जे सरकार उन्हां नूं उस चीज़ का कसूरवार मनदी आ ते ओह धारावां ला के उन्हां ते कारवाई होनी चाहीदी आ ना कि उन्हां दे एनएसए वर्गियां धारावां लगनियां चाहीदियां बिल्कुल मैं तुहानूं एक बार फिर तो दसदा कि समां ज्यादा इजाजत नहीं दे रहा बाट साहब असीं अपने प्रोग्राम दा छेती हुण अंत करांगे बिल्कुल अज दा जिहड़ा निचोड़ आ ओह जल्दी जल्दी दस दईए श्रोतियां नूं जी साडा गल्लबात करन दा जिहड़ा मकसद आ ओह की सीगा ते अज दा जिहड़ा टॉपिक आ दुबारा उहदी समरी दस दईए की सीगी दोस्तों साडा जिहड़ा अज दा जिहड़ा टॉपिक आ इहदा मतलब इही सीगा असीं जो तुहाडे नाल गल्लबातां सांझियां कीतियां कि पंजाब नूं एकदम एक्शन दे विच जदों पंजाब पुलिस आई ते जिहड़ी तरीक नूं उन्होंने एक्शन लिया गया उन्होंने किहड़ियां किहड़ियां चीज़ां अफेक्ट होईयां पहलां जी ट्वेंटी एल ट्वेंटी सिद्धू मूसेवाले की बरसी ते किसे तरीके दे नाल प्रेशराइज करके उन्हूं दबिया गया सारियां चीज़ां नूं बिल्कुल मनजोत जी ते एट द लास्ट निचोड़ यही है कि पंजाब की आर्थिक व्यवस्था बहुत वड्डे पद्धर दे उत्ते हिट हुई आ जिहड़ी आने वाले समें दे विच साडे सामने भी आ जाऊगी दोस्तों जेकर साडा प्रोग्राम सच दी आवाज़ तुहानूं चंगा लग्गिया तुसीं बिल्कुल इहनूं शेयर जरूर करियो ते कमेंट करके जरूर दस्सियो कि तुहानूं इहदे विच चंगा लग्गिया जिहड़ियां चीज़ां नहीं भी चंगीआं लग्गियां की सच दी आवाज़ वाकई सच दी आवाज़ सीगी जिहड़ियां चीज़ां साडे तों कमियां पेशियां रह गईआं तुसीं सानूं दस्सना जरूर आ तां कि असीं उहदे उत्ते वर्कआउट करके अगली वार तों तुहाडे लई वाकई सच दी आवाज़ लैके हाजिर हो सकीए मेरे वल्लों मनजोत सिंह धनोआ वल्लों तुहानूं एक वार फिर तों प्यार भरी सति श्री अकाल ते प्रोग्राम सच दी आवाज़ सुणन दे लई बहुत बहुत धन्नवाद जी मनजोत जी सत श्री अकाल ते फिर मिलांगे जल्दी सच दी आवाज लै बिल्कुल जी हर शुक्रवार तुहाडे लई इदां ही हाजिर होवांगे तुहाडी कचहरी दे विच जेकर तुसीं चाहुंदे हो कोई टॉपिक उहदे बारे आपां गल्लबात करिए तुसीं मैनूं स्टूडियो तों बाद मनजोत सिंह धनोआ दे नाल कदी भी गल्लबात कर सकदे हो मेरा फोन नंबर मैं सांझा कर देवां 519-240-9000 मेरे नाल गल्लबात कर सकदे हो ते असीं डिसाइड कर तुसीं मैनूं दस सकदे हो किहड़ा टॉपिक आपां लैके आईए तुहाडे लई ते तुहाडी कचहरी विच उही टॉपिक लैके हाजिर होवांगे सत श्री अकाल सत श्री